ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਵਰਕਰਾਂ ਨਾਲ ਸਥਿਤੀ ਰੂਪ ਚ ਰੂਬਰੂ ਹੋ ਕੇ ਤਾਲਮੇਲ ਕਰਨ ਲਈ ਅੱਜ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਨਿਹਾਲ ਸਿੰਘ ਵਾਲਾ ਚ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਤੇ ਜਥੇਦਾਰ ਤੋਤਾ ਸਿੰਘ ਨੇ ਅੱਤਵਾਦੀ ਹਮਲੇ ਚ ਸ਼ਹੀਦ ਹੋਏ ਭਾਰਤੀ ਫੌਜੀਆਂ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਪਾਕਿਸਤਾਨ ਦੁਨੀਆਂ ਦਾ ਸਭ ਤੋਂ ਵੱਡਾ ਅੱਤਵਾਦ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਜੋ ਹਮਲਾ ਹੋਇਆ ਹੈ ਉਹ ਪਾਕਿਸਤਾਨ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਹੋਰ ਜਵਾਨਾਂ ਦੀ ਜਾਨਾਂ ਨਾ ਜਾ ਸਕਣ। ਇਸ ਤੋਂ ਇਲਾਵਾ ਅਕਾਲੀ ਵਰਕਰਾਂ ਨਾਲ ਵਿਚਾਰ ਸਾਂਝੇ ਕੀਤੇ ਗਏ ਤੇ ਪੰਜਾਬ ਸਰਕਾਰ ਨੂੰ ਵੀ ਘੇਰਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਹਮੇਸ਼ਾ ਪੰਜਾਬ ਵਾਸੀਆਂ ਨੂੰ ਸਹੂਲਤਾਂ ਦਿੱਤੀਆਂ, ਜਦਕਿ ਕੈਪਟਨ ਸਰਕਾਰ ਅਕਾਲੀ ਦਲ ਵੱਲੋਂ ਸ਼ੁਰੂ ਕੀਤੀਆਂ ਸਕੀਮਾਂ ਨੂੰ ਬੰਦ ਕਰਕੇ ਲੋਕਾਂ ਨੂੰ ਖੱਜਲ ਖੁਆਰ ਕਰ ਰਹੀ ਹੈ। ਜੰਮੂ ਕਸ਼ਮੀਰ 'ਚ ਹੋਇਆ, ਇੱਥੇ ਆਪਣੇ ਬਹਾਦਰ ਜਿਹੜੇ ਸੈਨਿਕ ਸੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਕਾਂਗਰਸ ਆਪਣੇ ਪਾਕਿਸਤਾਨ ਦੇ ਹੁਕਮ, ਪਾਕਿਸਤਾਨ ਦੁਨੀਆ ਦਾ ਟੈਰਰਿਸਟ ਦਾ ਸੈਂਟਰ ਹੈ, ਆਹ ਟੈਰਰਿਸਟ ਨਹੀਂ ਆ, ਪਾਕਿਸਤਾਨ ਨੇ ਭੇਜੇ ਆ। ਉਹੀ ਜਨਰਲ ਜਿਹੜਾ ਆਰਮੀ ਚੀਫ ਆ ਉਹਨੇ ਭੇਜੇ ਆ, ਪ੍ਰਧਾਨ ਮੰਤਰੀ ਉਹਨਾਂ ਦੇ ਰਾਸ਼ਟਰ ਪ੍ਰਧਾਨ ਮੰਤਰੀ ਨੇ ਭੇਜੇ ਆ। ਆਹ ਲਗਾਤਾਰ ਆਪਣੇ 'ਤੇ ਜੰਗ ਲੜ ਰਿਹਾ। ਮੈਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਕੋਈ ਸਖਤ ਲੈ ਕੇ ਐਕਸ਼ਨ ਲਾਉਣ ਕਿ ਉਹਨੂੰ ਸਬਕ ਸਿਖਾਈਏ ਪਾਕਿਸਤਾਨ। ਵੱਧ ਤੋਂ ਵੱਧ ਸਪੋਰਟ ਉਹਨਾਂ ਦੀ ਫੈਮਿਲੀ ਨੂੰ ਚਾਹੀਦੀ ਹੈ, ਕਿਉਂਕਿ ਉਹ ਬਹਾਦਰ ਸੈਨਿਕ ਹੈ ਜਿਨ੍ਹਾਂ ਨੇ ਆਪਣੇ ਦੇਸ਼ ਵਾਸਤੇ ਆਪਣੀ ਜਾਨਾਂ ਕੁਰਬਾਨ ਕੀਤੀਆਂ ਅਤੇ 24 ਘੰਟੇ ਜੇ ਆਪਾਂ ਸੁੱਖ ਦੀ ਸਾਹ ਲੈਣੇ ਹੈ ਉਹਨਾਂ ਕਰਕੇ ਹੈ। ਉਹ ਬਾਰਡਰ 'ਤੇ ਬੈਠੇ ਰੋਜ਼ ਮੁਕਾਬਲਾ ਕਰਦੇ ਵਰਕਰਾਂ ਨਾਲ ਮਿਲ ਕੇ, ਉਹਨਾਂ ਦੇ ਵਿਚਾਰ ਸੁਣ ਕੇ ਕੀ ਮਾਹੌਲ ਹੈ ਪੰਜਾਬ ਦਾ, ਵੀ ਕੀ ਪਿੰਡਾਂ ਦਾ ਮਾਹੌਲ ਹੈ, ਸ਼ਹਿਰਾਂ 'ਚ ਮੰਡੀਆਂ ਦਾ ਕੀ ਮਾਹੌਲ ਹੈ, ਲੋਕਾਂ ਦੀ ਪੰਜਾਬ ਸਰਕਾਰ ਪ੍ਰਤੀ ਕੀ ਸੋਚ ਹੈ, ਅਤੇ ਆ ਸਾਰੀਆਂ ਚੀਜ਼ਾਂ ਅਸੀਂ ਵਰਕਰਾਂ ਨੂੰ ਮਿਲ ਰਹੇ ਹਾਂ ਅਤੇ ਵਿਚਾਰ ਲੈ ਰਹੇ ਹਾਂ ਕਿ ਕਿਹੜਾ ਕੈਂਡੀਡੇਟ ਹੋਣਾ ਚਾਹੀਦਾ ਹੈ ਪਾਰਲੀਮੈਂਟ ਦਾ। ਐਕਚੁਅਲ ਆਈਡੀਆਜ਼ ਲੋਕਾਂ ਤੋਂ ਲੈ ਰਹੇ ਹਾਂ ਅਤੇ ਬਹੁਤ ਵਧੀਆ ਰਿਸਪੋਂਸ ਮਿਲ ਰਿਹਾ ਹੈ। ਲੋਕਾਂ ਵਿੱਚ ਕਾਂਗਰਸ ਸਰਕਾਰ ਦੇ ਖਿਲਾਫ਼ ਬਹੁਤ ਗੁੱਸਾ ਹੈ। ਕਾਂਗਰਸ ਨੇ ਜੋ ਧੱਕੇਸ਼ਾਹੀ ਕੀਤੀ ਹੈ, ਜੋ ਸਹੂਲਤਾਂ ਬੰਦ ਕੀਤੀਆਂ, ਡਿਵੈਲਪਮੈਂਟ ਬਿਲਕੁਲ ਬੰਦ ਕੀਤੀ ਹੈ, ਇਹ ਤੋਂ ਨਿਕੰਮੀ ਸਰਕਾਰ ਨਹੀਂ ਹੋ ਸਕਦੀ ਜਿਹੜੀ ਕੈਪਟਨ ਦੀ ਸਰਕਾਰ। ਇਸ ਮੌਕੇ ਜਥੇਦਾਰ ਤੋਤਾ ਸਿੰਘ, ਸਾਬਕਾ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਵਰਕਰਾਂ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਜ਼ਿਲ੍ਹੇ ਦੇ ਅੰਦਰ ਵੱਖ ਵੱਖ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਮੋਗਾ ਤੋਂ ਜੋਗਿੰਦਰ ਸਿੰਘ ਦੀ ਰਿਪੋਰਟ, ਡੇਲੀ ਪੋਸਟ ਪੰਜਾਬ।